राजू आए जी पंजाबियो की हाल चाल, वेलकम बैक टू माई यूट्यूब चैनल। आई होप तू सारे घेंट हो, कैम हो, खुश होंगे। सो गाइज, अज दे व्लॉग आप शुरू करन लगे हैं। तो अज दे व्लॉग च पिछे थानू बोर्ड देख रहे हो मेरा पिंड करीहा। तो ये वीडियो स्पैशल डेडिकेट आप उन्होंने करन लगे हैं कि जेडे परदेस इस दे विच बैठे अपने सज्जन प्यारे, जेडे इन्ने सालों दे विच कुछ चीजा करके नहीं आ सकते इत्थे, ते उन्हां दी अज आप मैमरीज फिर ताज़ा करन लगे हैं अपनी वीडियो के राही। तो मेरे चैनल को सबसक्राइब जरूर करियो, तो वध तो वध शेयर करियो। तो उन्होंने जरूर देखनी है जेडे मेरे पिंड तो बाहर गए अपनी मेहनत करते हैं। तो आ जाओ फिर पहला एक बार पिंड की गेड़ी मारीए। पिंड दिल चो निकलदा भावे पिंड चो निकलिया मैं, छड यार प्यारिया नू मोजा चो निकलिया मैं। ना पिंड दिल चो निकलदा भावे पिंड चो निकलिया मैं, ना पिंड दिल चो निकलदा भावे पिंड चो निकलिया मैं। लाके पैरी हाथ तुरिया सी मां दे, ओदे हंजुआ च किन्नियां असीसां ने, दूर होके ही समझ अज आई है। चाचा कित्ता हाल है? लो भी मित्रों मिलो साडे चाचा, सब तो पुरानी दुकान साडे पिंड च। अप्रोक्सीमेटली चाचा किन्ने टाइम हो गया दुकान पाई नूं? 50 साल हो गए। ते मेरी उम्र हजे हैगी 20 साल। ते दे लो अजी जद दे छोटे हुंदे सी तद दे इत्थे आंदे आ। ते हजे भी चाचे ने डाक दी सेवा भी कीती आ, ते चाचे को असी लूंगे भी बो ले आ। चाचा अज नहीं लूंगा देना, चाचे को लूंगा भी लेना। ते आजो चाचे नूं हरेक पिंड दी चप्पा चप्पा गली पता वा, ते जिहड़ा मर्जी ना पुछ लो। ते सब तो पुरानी दुकान आ चाचे दी। चाचा किदा रहा सफर जिंदगी दा? बहुत वधिया रहा। ਕਿੱਦਾਂ ਕੋ ਦੱਸੋ ਮਾੜਾ ਮੋਟਾ, ਜਿਹੜੇ ਪਿੰਡ ਬਾਹਰ ਸਾਨੂੰ ਦੇਖਣਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਚਾਚਾ ਸ਼ਰਮਾਦੇ ਬੋ ਫੇਰ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਬਾਹਰ ਗਏ ਆ? ਵਧੀਆ ਸਭ ਬਤੀ ਕੀਤਾ, ਠੀਕ ਠਾਕ ਆ। ਹੋਰ ਗਿਆ ਹੂੰ ਜਲਦੀ ਜੀ ਕੇ ਵਧੀਆ ਜਾਣਾ। ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ? ਜਲਦੀ ਜੀ ਆ। ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਕਾਲੂ ਚਾਚਾ ਹੀ ਕਹਿੰਦੇ ਇਹਨਾਂ ਨੂੰ, ਭਾਵਾਂ ਕੋਈ ਵੱਡਾ ਭਾਵਾਂ ਕੋਈ ਸਿਆਣਾ। ਉਦਾਂ ਇਹਨਾਂ ਦਾ ਨਾਮ ਹੈਗਾ ਰਮੇਸ਼ ਲਾਲ। ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈਗਾ। ਤੇ ਆਜੋ ਤੁਹਾਨੂੰ ਅੰਦਰ ਦਿਖਾਉਂਦੇ ਆ। ਇਹ ਸਕੂਲ ਜਿਹੜਾ ਰੈਨੋਵੇਟ ਹੋਇਆ ਇਹ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਕੋਈ ਗ੍ਰਾਂਟ ਨਹੀਂ। ਇਹ ਸਿਰਫ ਜਿਹੜੇ ਬਾਹਰ ਸਾਡੇ ਪਿੰਡ ਚੋਂ ਗਏ ਆ, ਵਿਦੇਸ਼ ਦੇ ਵਿੱਚ ਜਿਹੜੇ ਰਹਿੰਦੇ ਆ, ਉਹਨਾਂ ਨੇ ਸਭ ਕੁਝ ਪੈਸਾ ਲਾਇਆ ਸਕੂਲ ਨੂੰ ਇੰਨਾ ਵਧੀਆ ਬਣਾਉਣ ਨੂੰ। ਤੇ ਆ ਜਾਓ, ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਲੱਗੀ ਆ ਤੇ ਤੁਹਾਨੂੰ ਦਿਖਾਉਂਦੇ ਆ ਕਿੱਥੇ ਕਿੱਥੇ ਲੱਗੀ ਆ। ਦੇਖ ਸਕਦੇ ਆ ਕਿਸੇ ਸਰਕਾਰੀ ਸਕੂਲ ਦੇ ਵਿੱਚ ਇੱਥੇ ਟੈਲਾ ਟੁੱਲਾ ਨਹੀਂ ਲੱਗੀਆਂ ਇੱਥੇ, ਹੁਣ ਟੈਲਾ ਲਾ ਕੇ ਐਨ ਵਧੀਆ ਸਕੂਲ ਬਣਾਤਾ ਵਾ। ਤੇ ਪੂਰਾ ਪੇਂਟ ਪੂੰਟ ਕੀਤਾ ਹੋਇਆ ਵਾ। ਤੇ ਆਹ ਅਸੈਂਬਲੀ ਹਾਲ, ਇੱਥੇ ਰੋਜ਼ ਸਵੇਰ ਨੂੰ ਪ੍ਰੇਅਰ ਹੁੰਦੀ ਆ, ਤੇ ਟੂਰਨਾਮੈਂਟ ਵੀ ਹੁੰਦੇ ਜਿੰਮ ਦੇ, ਜਿਹੜੇ ਸਾਲ ਬਾਅਦ ਹੁੰਦੇ ਆ ਉਹ ਇੱਥੇ ਕਰਾਏ ਜਾਂਦੇ ਆ। ਤੇ ਆਹ ਤੁਸੀਂ ਦੇਖ ਸਕਦੇ ਪੂਰੀ ਇੰਟਰਲੋਕ ਆ, ਕੋਈ ਕੱਚਾ ਨਹੀਂ ਹੈਗਾ ਇੱਥੇ। ਤੇ ਕਲਾਸਾਂ ਵੀ ਤੁਸੀਂ ਦੇਖੋ ਕਿੰਨੀਆਂ ਵਧੀਆ ਵਾ। ਤੇ ਆਹ ਨਿਆਣੇ ਵਾਲੇ ਇੱਥੇ ਖੇਡਣ ਨੂੰ ਝੂਲੇ ਵੀ ਲਾਏ ਹੋਏ ਆ, ਤੇ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ, ਫਿਲਟਰ ਵੈਨ ਸਾਫ਼ ਪਾਣੀ ਆਉਂਦਾ ਵਾ। ਬੈਠਣ ਲਈ ਚੇਅਰਸ ਲਾਈਆਂ ਹੋਈਆਂ, ਬੈਠਣ ਲਈ ਵੀ ਚੇਅਰਸ ਲਾਈਆਂ ਵਾ, ਤੇ ਪੂਰੇ ਦਰਖਤ ਦਰੁਖਤ ਵੀ ਲਾਏ, ਪੂਰੀ ਗੱਲਬਾਤ ਬਣਾਈ ਗਈ ਆ। ਆਹ ਦੇਖੋ ਪਾਣੀ ਦਾ
ਬਾਕੀ ਸਕੂਲ ਦੇ ਵਿੱਚ ਸੋਲਰ ਸਿਸਟਮ ਵੀ ਲਾਇਆ ਹੋਇਆ ਜਦੋਂ ਬੱਤੀ ਚੱਲ ਜਾਂਦੀ ਆ ਸੋਲਰ ਸਿਸਟਮ ਦੀ ਨਾਲ ਇੱਥੇ ਸਕੂਲ ਦੇ ਵਿੱਚ ਬਿਜਲੀ ਆ ਜਾਂਦੀ ਤਾਂ ਕਿ ਨਿਆਣਿਆਂ ਨੂੰ ਬਿਜਲੀ ਵਰਤੀ ਜਾਂਦੀ ਤਾਂ ਕਿ ਸਟੱਡੀ ਡਿਸਟਰਬ ਨਾ ਹੋਵੇ ਵਰਤੀ ਜਾਂਦੀ ਆ ਸੋਲਰ ਸਿਸਟਮ ਦੇ ਨਾਲ ਜਦੋਂ ਬਿਜਲੀ ਚੱਲ ਜਾਂਦੀ ਆ ਫਿਰ ਨਿਆਣਿਆਂ ਨੂੰ ਤੰਗੀ ਨਾ ਹੋਵੇ ਪੜ੍ਹਨ ਲਈ ਇਸ ਲਈ ਇਹ ਵੀ ਪੂਰਾ ਪ੍ਰਬੰਧ ਕੀਤਾ ਪਿਆ ਬਾਕੀ ਪਹਿਲਾਂ ਨਾਲ ਤੋਂ ਬਹੁਤ ਚੇਂਜ ਆ ਆਹ ਵੀ ਸਕੂਲ ਇੱਥੇ ਟੈਨਿਸ ਕੋਰਟ ਬੱਚੇ ਖੇਡਦੇ ਹੁੰਦੇ ਆ ਬਾਕੀ ਇੱਧਰ ਨਿਆਣਿਆਂ ਵਾਸਤੇ ਝੂਲੇ ਵੀ ਹੈਗੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਸਕੂਲ ਤਾਂ ਬਹੁਤ ਵਧੀਆ ਬਣਾ ਦਿੱਤਾ ਹੁਣ ਬਾਕੀ ਜੇ ਅੱਗੇ ਯੋਗਦਾਨ ਕਰਦੇ ਨੇ ਬਾਹਰਲੇ ਬੰਦੇ ਤਾਂ ਸ਼ਾਇਦ ਸਕੂਲ ਹੋਰ ਵਧੀਆ ਬਣ ਸਕਦਾ ਸਾਡਾ ਆਹ ਐਜੂਕੇਸ਼ਨਲ ਪਾਰਕ ਬਣਾਈ ਹੈ ਇੱਥੇ ਉਹਨਾਂ ਨੇ ਆਹ ਨਿਆਣਿਆਂ ਨੇ ਆਹ ਤੁਸੀਂ ਦੇਖ ਸਕਦੇ ਆ ਆਹ ਪੂਰਾ ਫਿਲਟਰ ਕੀਤਾ ਫਿਲਟਰ ਲਾਇਆ ਪਿਆ ਇੱਥੇ ਪਾਣੀ ਨੇ ਨਿਆਣਿਆਂ ਨੇ ਕਿ ਗੰਦਾ ਪਾਣੀ ਨਾ ਆਵੇ ਸਾਫ਼ ਪਾਣੀ ਪੀ ਸਕਦੇ ਆ ਅਤੇ ਆਹ ਵਧੀਆ ਵਧੀਆ ਲਿਖਿਆ ਵਾ ਸਾਰਾ ਹਿਊਮਨ ਹਾਰਟ ਜੀਵ ਦੇ ਭਾਗ ਮਨੁੱਖੀ ਪਾਚਨ ਲਈ ਨਲੀ ਹੈ ਮਨੁੱਖੀ ਪਾਚਨ ਨਲੀ ਇਹ ਵੀ ਬਣਾਈ ਆ ਮੋਮਬੱਤੀ ਦੇ ਵੱਧ ਵੱਧ ਭਾਗ ਵੱਖ ਵੱਖ ਮਨੁੱਖੀ ਅੱਖ ਇਹ ਸਭ ਕੁਛ ਆਹ ਤੁਸੀਂ ਦੇਖ ਸਕਦੇ ਆ ਨਿਆਣਿਆਂ ਨੇ ਆਹ ਵੀ ਬਣਾਏ ਹੋਏ ਆ ਕੀ ਲਿਖਿਆ ਇਹ ਆਹ ਜਿੱਦਾਂ ਪ੍ਰਾਈਵੇਟ ਸਕੂਲ ਦੇ ਵਿੱਚ ਹੁੰਦੀਆਂ ਉਸ ਤਰ੍ਹਾਂ ਦੀ ਬਣਾਈਆਂ ਵਾ ਪੂਰੇ ਪੜਦੇ ਪੁੱਤੇ ਲਾਏ ਪੱਖੇ ਲਾਏ ਗਏ ਕੀਤਾ ਪੂਰੀ ਡੈਸਕ ਵੀ ਵਧੀਆ ਵਾ ਪਰ ਪਹਿਲਾਂ ਇੰਨਾ ਕੁਛ ਹੈ ਨਹੀਂ ਸੀ ਇਸ ਤੋਂ ਪਤਾ ਲੱਗਦਾ ਤਰੱਕੀ ਹੋ ਰਹੀ ਆ ਸਾਡੇ ਪਿੰਡ ਚ ਜਿਹੜਾ ਸਕੂਲ ਇੱਕ ਦੂਜੇ ਦੀ ਕਲਾਸ ਦੇਖੋ ਕਿੰਨੀ ਘੈਂਟ ਗੱਲਬਾਤ ਕੀਤੀ ਪਈ ਪੂਰੀ ਹੌਲੀ ਹੌਲੀ ਅੱਗੇ ਹੋਰ ਬਹੁਤ ਤਰੱਕੀ ਹੋ ਜਾਣੀ ਆ ਆਹ ਸਕੂਲ ਦੀ ਸਪੈਸ਼ਲ ਬੈਲ ਕਿੱਦਾਂ ਇਹਨੂੰ ਸੁਣ ਕੇ ਨਿਆਣੇ ਘਰ ਨੂੰ ਜਾਂਦੇ ਆ ਸਾਡੇ ਪਿੰਡ ਦੀ ਮਹਾਨ ਹਸਤੀ ਸਾਡੇ ਨੀਰਜ ਭਾਜੀ ਭਾਜੀ ਕਿੱਦਾਂ ਹਾਲ ਅਸਲਾਮ ਵਾਲਕੁਮ ਹੋਰ ਫੇ ਭਾਜੀ ਆਪਾਂ ਪਿੰਡ ਦਾ ਵਲੌਗ ਬਣਾਉਂਦੇ ਹਾਂ ਤੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਹਾਡਾ ਭਰਾ ਵੀ ਕੈਨੇਡਾ ਚ ਬੈਠਾ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਸੁਨੇਹਾ ਬੁਰਾ ਹਾਲ ਹੋ ਗਿਆ ਨਹੀਂ ਪਿੰਡ ਦੇ ਵਿੱਚ ਤੁਹਾਨੂੰ ਕੀ ਤਕਲੀਫ ਆ ਰਹੀ ਹੈ ਕੀ ਬਾਹਰਲਾ ਸਿਸਟਮ ਐਦਾਂ ਆ ਸਵੇਰ ਨੂੰ ਕੰਮ ਤੇ ਜਾਓ ਨਹੀਂ ਆਪਣੇ ਪਿੰਡ ਦੇ ਵਿੱਚ ਕੀ ਸੁਧਾਰ ਚਾਹੁੰਦੇ ਆ ਦੇਖੋ ਜੀ ਹੁਣ ਨਵੀਆਂ ਕੋਠੀਆਂ ਪੈਣ ਲੱਗ ਪਈਆਂ ਆਹ ਜਿੰਦਰ ਮਾਸਟਰ ਨੇ ਵੀ ਬਣਾ ਲਈ ਕੋਠੀ ਤੇ ਆਹ ਵੀ ਹੁਣ ਇੱਕ ਬਣਦੀ ਪਈ ਆ ਤੇ ਆਹ ਵੀ ਇੱਥੇ ਬਣਦੀ ਪਈ ਆ ਨਵੀਂ ਸੈਣੀਆਂ ਦੀ ਕੋਠੀ ਤੇ ਆਹ ਪਿੰਡ 'ਚ ਬੈਂਕ ਵੀ ਖੁੱਲ ਗਈ ਆ ਜਦੋਂ ਮਰਜ਼ੀ 24 ਘੰਟੇ ਆਪਾਂ ਇੱਥੇ ਪੈਸੇ ਕਢਾ ਸਕਦੇ ਹਾਂ ਇੰਡਸਟਿੰਡ ਬੈਂਕ ਇਹ ਵੀ ਹੁਣ ਖੁੱਲ੍ਹ ਗਈ ਸਾਡੇ ਪਿੰਡ 'ਚ ਏਟੀਐਮ ਵੀ ਹੈਗਾ ਸ਼ੀਰੇ ਅੰਕਲ ਦੀ ਦੁਕਾਨ ਬਿਲਡਿੰਗ ਦੀ ਬਹੁਤ ਦੂਰੋਂ ਦੂਰੋਂ ਬੰਦੇ ਆਉਂਦੇ ਨਾਲ ਦੇ ਪਿੰਡਾਂ ਦੇ ਆਹ ਪਿੰਡ ਦੀ ਚੱਕੀ ਆਹ ਆ ਗਿਆ ਜੀ ਸਾਡਾ ਘਰ ਆਹ ਮੇਰਾ ਘਰ ਤੁਸੀਂ ਦੇਖ ਸਕਦੇ ਆ ਤੇ ਆਹ ਵੀ ਨਵੀਆਂ ਕੋਠੀਆਂ ਪੈ ਗਈਆਂ ਹੁਣ ਇੱਥੇ ਆ ਚੇਲੇ ਇਹ ਨਾ ਬਿਨਾਂ ਦਾ ਵਲੌਗ ਸਾਡਾ ਅਧੂਰਾ ਹੀ ਆ ਜਿੱਥੇ ਮਰਜ਼ੀ ਦੇ ਲਓ ਤੇਰੇ ਨਾਲ ਦਾ ਕਿੱਥੇ ਅੱਜ ਆ ਦੇਖੋ ਬਾਲਣ ਦੀ ਵੀ ਆ ਨਹੀਂ ਕਰੀ ਬਾਬੇ ਸਾਡੇ ਪਿੰਡ ਦੀਆਂ ਬਹੁਤ ਬਹੁਤ ਐਟਮਾਂ ਇੱਥੇ ਆਹ ਸਾਡੇ ਪਿੰਡ ਦਾ ਸਭ ਤੋਂ ਪੁਰਾਣਾ ਬੋਰਡ ਇਹ ਦੰਗਿਆਂ ਦੇ ਟਾਈਮ ਤੋਂ ਵੀ ਪਹਿਲਾਂ ਦਾ ਇੱਥੋਂ ਅੱਜ ਅੱਜ ਲਾ ਸਕਦੇ ਤੁਸੀਂ ਕਿੰਨਾ ਪੁਰਾਣਾ ਇਹ ਵਲੌਗ ਤੇ ਆ ਮਿਲ ਗਏ ਸਾਡੇ ਏਕਮ ਜੀ ਇਹ ਰੱਬ ਨਹੀਂ ਪਤਾ ਨੀ ਕਦੋਂ ਮਿਲ ਜਾਂਦੇ ਕਿੱਥੇ ਮਿਲ ਜਾਂਦੇ ਏਕਮ ਹੋਰ ਫੇ ਕਿੱਦਾਂ ਕੈਮ ਤੋਤੇ ਅੰਕਲ ਦੀ ਦੁਕਾਨ ਤੇ ਨਾਲੇ ਇੱਥੇ ਆ ਗਿਆ ਵਾ ਸਿੱਧੂ ਫੀਡ ਸਟੋਰ ਤੇ ਨਾਲ ਜੀਤ ਬਿਸਤਰ ਭੰਡਾਰ ਤੇ ਇੱਥੇ ਹੀਰਾ ਗੋਲਡਨ ਸਟੂਡੀਓ ਗਾਈਸ ਮੀਟ ਮਿਸਟਰ ਹਿੰਦਾ ਇਹ ਵੀ ਭਾਜੀ ਸਾਡੇ ਪਿੰਡ ਦੇ ਬਲੌਗਰ ਆ ਹੋਰ ਭਾਜੀ ਹੋਰ ਵਧੀਆ ਕੀ ਕਹਿਣਾ ਚਾਹੁੰਦੇ ਜਿਹੜੇ ਬਾਹਰ ਬੈਠੇ ਆ ਬਾਹਰ ਕਿੱਥੇ ਬਾਹਰਲੇ ਦੇਸ਼ਾਂ ਜਿਹੜੇ ਬੈਠੇ ਆ ਬਾਹਰਲੇ ਬੈਠੇ ਭਰਾਵਾਂ ਨੂੰ ਪਿਆਰ ਆ ਸਾਡੇ ਬਲੌਗ ਦੇਖਿਆ ਕਰੋ ਸਾਡੇ ਕੋਲ ਆਹੀ ਸਾਧਨ ਆ ਹੋਰ ਕੋਈ ਹੈ ਨਹੀਂ ਸਾਨੂੰ ਤੇ ਕਰੀਦਾ ਅਸੀਂ ਸਾਰਾ ਪਿੰਡ ਦਿਖਾਈਦਾ ਪੰਜਾਬ ਦਿਖਾਈਦਾ ਵਾ ਤੇ ਭਾਜੀ ਪਿੰਡ ਦੇ ਵਿੱਚ ਕੀ ਸੁਧਾਰ ਚਾਹੁੰਦੇ ਆ ਬਾਹਰਲਿਆਂ ਨੂੰ
ਕੀ ਆਪਣੀ ਜਿੱਦਾਂ ਸਰਕਾਰ ਆ ਜਾਂ ਆਪਣੀ ਪਿੰਡ ਦੀ ਜਿਹੜੀ ਵੀ ਆ ਪੰਚਾਇਤ ਆ ਇਹ ਕੁਛ ਨੀ ਕਰ ਰਹੀ ਤੇ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਆ? ਪਿੰਡ ਚ ਬਹੁਤ ਚੀਜ਼ਾਂ ਕਰਨ ਵਾਲੀਆਂ, ਲਾਈਟਾਂ ਲੱਗਣ ਵਾਲੀਆਂ, ਕੈਮਰੇ ਲਵਾ ਦੇਣ, ਛੱਪੜਾਂ ਦੀ ਸਫਾਈ ਨੀ ਹੁੰਦੀ, ਇਹਨਾਂ ਦਾ ਕੋਈ ਹੱਲ ਜਿਹਾ ਹੋਵੇ ਪੱਕਾ। ਹਾਂ, ਕਈ ਤਰ੍ਹਾਂ ਦੀਆਂ ਮਸਲੇ ਆ। ਬਾਕੀ ਸਕੂਲ ਤਾਂ ਬਹੁਤ ਵਧੀਆ ਬਣਾਤਾ ਉਹਨਾਂ ਨੇ, ਪਾਣੀ ਖੜਦਾ ਸਕੂਲ ਜਿੱਦਾਂ ਨਾ, ਇਮਾਰਤਾਂ ਤਾਂ ਵਧੀਆ ਬਣ ਗਈਆਂ, ਚਲੋ ਬਹੁਤ ਸੋਹਣਾ, ਪਰ ਹੁਣ ਸਕੂਲ ਚ ਬੱਚੇ ਘੱਟ ਜਾਂਦੇ ਆ। ਹਾਂ, ਇਹ ਵੀ ਇਹਨਾਂ ਨਾਲ ਜ਼ਿਆਦਾ ਆਪਾਂ ਨੂੰ ਕਰਨਾ ਪੈਣਾ। ਸਰਕਾਰੀ ਸਕੂਲ ਦੀ ਇੰਪੋਰਟੈਂਸ ਥੋੜੀ ਦੱਸੀ ਜਾਵੇ ਵਧੇ, ਕਈਆਂ ਨੇ ਇੰਪੋਰਟੈਂਸ ਬਾਤਾਂ ਸਰਕਾਰੀ ਸਕੂਲ ਦੇ, ਕਿੰਨੀ ਮਨੀ ਸੇਵ ਹੁੰਦੀ, ਸਰਕਾਰ ਵੱਲੋਂ ਹੈਲਪ ਹੁੰਦੀ। ਉਹ ਚੀਜ਼ਾਂ ਦਾ ਮੁੰਡਾ ਇਹ ਮਿੱਤਰ ਆ ਆਪਣਾ, ਇਹ ਸਾਡਾ ਮਿੱਤਰ, ਸਾਰੇ ਵਲੌਗ ਚ ਤੁਸੀਂ ਦੇਖ ਸਕਦੇ। ਏਕਮ ਏਕਮ ਬਾਏ ਕਰਦੇ, ਇਹ ਆ ਜਾਂਦਾ ਬਾਈ, ਲੱਕੀ ਬਹੁਤ ਸਾਡੇ ਦੀ। ਤੇ ਆ ਵੀ ਭਾਈ ਸਾਡੇ, ਇਹਨਾਂ ਨੇ ਵੀ ਪਹਿਲਾਂ ਬਣਾਇਆ ਵਲੌਗ, ਇਹਨਾਂ ਨੇ ਬਹੁਤ ਸਟਰਗਲ ਕੀਤਾ, ਇੱਕ ਦੁੱਧ ਦੀ ਦੁਕਾਨ ਤੋਂ ਕੋਠੀ ਬਣਾਈ, ਵਧੀਆ ਡੈਰੀ ਪਾਈ ਆ ਤੇ ਬਹੁਤ ਵਧੀਆ ਦੁੱਧ ਮਿਲਦਾ ਹੈ ਤੋਂ ਬਿਨਾ ਪਾਣੀ ਤੋਂ। ਐਸੀ ਆ ਅਨੀਰ ਭਰਾ ਸਾਡਾ ਲੈਂਦਾ ਹੁੰਦਾ ਭਾਈ, ਇਹਨੇ ਦੱਸ ਕਿੱਦਾਂ ਦਾ ਹੁੰਦਾ ਹੈ, ਬਹੁਤ ਵਧੀਆ ਦੁੱਧ ਇਹਨਾਂ ਦਾ, ਇੱਕ ਨੰਬਰ ਦਾ ਦੁੱਧ, ਥੋੜਾ ਪਾਣੀ ਪਾਈਦਾ ਪਾਈਦਾ ਵਾ ਥੋੜਾ ਪਾਈਦਾ, ਪਰ ਵੀ ਇਹਨਾਂ ਨੇ ਇੰਨੀ ਮਿਹਨਤ ਕੀਤੀ ਨਾ, ਕੋਠੀ ਦਿਖਾਵਾਂਗੇ ਆਪਾਂ ਇਹਨਾਂ ਨੂੰ, ਬੜੀ ਵਧੀਆ ਬਣਾਈ ਇਹਨਾਂ ਨੇ, ਬਹੁਤ ਮਿਹਨਤ ਕੀਤੀ ਬੰਦੇ। ਪਾਣੀ ਦਾ ਨਿਕਾਸ ਕਰਨਾ ਪੈਣਾ ਨਾ ਆਪਣੇ ਪਿੰਡ 'ਚ, ਇਹ ਤਾਂ ਗੱਲ ਹੈ, ਕਈ ਚੀਜ਼ਾਂ ਦਾ ਬਾਹਰ ਨਿਕਾਸ ਸੁਧਾਰ, ਨਸ਼ੇ ਬੰਦ ਕਰਾਉਣੇ ਪੈਣੇ ਆ। ਸਟਿੰਗਾ ਹਿੱਲ ਰੈਡ ਬੁੱਲ ਕਰਦੇ ਆ ਇਹ। ਸਾਡੇ ਪਿੰਡ ਦੀ ਵਿਸ਼ਕਰਮਾ ਪਾਰਕ ਜਿਹੜੀ ਕਿ ਸਾਡੇ ਲੇਟ MLA ਜਤਿੰਦਰ ਸਿੰਘ ਵੱਲੋਂ ਬਣਾਈ ਗਈ ਸੀ, ਤੇ ਹਜੇ ਤੱਕ ਵੀ ਇਹ ਪਾਰਕ ਠੀਕ ਆ, ਪਹਿਲਾਂ ਝੂਲੇ ਲਾਏ ਸੀ, ਪਰ ਹੁਣ ਝੂਲੇ ਜੇ ਇੱਥੇ ਲੱਗ ਜਾਣ ਤਾਂ ਬਹੁਤ ਵਧੀਆ ਹੋ ਸਕਦਾ। ਤੇ ਤੁਸੀਂ ਬਾਕੀ ਰੋਡ ਦੇਖ ਸਕਦੇ ਸਾਡੇ ਪਿੰਡ ਦਾ, ਵੈਸੇ ਸਾਡੇ ਪਿੰਡ 'ਚ ਸਫਾਈ ਤਾਂ ਬਹੁਤ ਬਹੁਤ ਅੱਗੇ ਨਾਲੋਂ ਹੈਗੀ ਆ, ਜਿੱਦਾਂ ਜਦੋਂ ਸੜਕਾਂ ਬਣੀਆਂ ਉਸ ਤੋਂ ਬਾਅਦ ਸਫਾਈ ਬਹੁਤ ਹੋ ਗਈ ਆ, ਤੇ ਅੱਧੇ ਤਾਂ ਸਾਡੇ ਪਿੰਡ ਦੇ ਹੁਣ ਬਾਹਰੇ ਗਏ ਆ, ਬਾਕੀ ਕੋਠੀਆਂ ਵਧੀਆ ਵਧੀਆ ਬਣੀਆਂ ਤੇ ਖਾਲੀ ਪਈਆਂ। ਤੇ ਆਹ ਤੁਸੀਂ ਦੇਖ ਸਕਦੇ ਘੋੜਾ, ਇਹ ਵੀ ਕੋਠੀ ਵਧੀਆ ਬਣਾਈ ਹੈ, ਇਹ ਇਹਨਾਂ ਨੂੰ ਕੋਠੀ ਵਾਲੇ ਕਹਿੰਦੇ ਆ। ਮੈਂ ਤਾਂ ਜਿਹੜੇ ਬੁਲਟ ਦੇ ਸ਼ੌਕੀਨ ਆ, ਦੇਖੋ ਤਾਂ ਫਿਰ ਬੁਲਟ ਦੀ ਆਵਾਜ਼, ਬੁਲਟ ਵੀ ਜਾਂਦੇ ਆ ਇੱਧਰੋਂ। ਬਾਕੀ ਤੁਸੀਂ ਬਾਬੇ ਉਹ ਇੰਜੋਏ ਕਰੋ ਵਲੌਗ ਨੂੰ, ਵਧੀਆ ਦੇਖੋ ਤੁਸੀਂ। ਤੇ ਇੱਥੇ ਇੱਕ ਨਵੀਂ ਪਾਰਕ ਵੀ ਹੋਰ ਬਣ ਗਈ ਆ, ਜਿੱਥੇ ਲੇਡੀਜ਼ ਵਾਸਤੇ ਜਿਮ ਵੀ ਖੋਲ੍ਹੀ ਗਈ। ਆਹ ਦੇਖੋ ਹੁਣ ਆਪਾਂ ਆ ਗਏ ਹਾਂ, ਇਹ ਨਿਊ ਆਪਣੀ ਪਾਰਕ ਬਣੀ ਪਿੰਡ ਦੀ, ਆਹ ਜਿਮ ਖੋਲ੍ਹੀ ਆ ਲੇਡੀਜ਼ ਵਾਸਤੇ, ਆ ਨਿਆਣਿਆਂ ਵਾਸਤੇ ਝੂਲੇ ਲਾਏ ਆ, ਤੇ ਇੱਥੇ ਬੈਂਚ ਵੀ ਲਾਤੇ ਆ ਬੈਠਣ ਲਈ। ਪਰ ਇਹ ਕੰਮ ਗਲਤ ਕੀਤਾ, ਜਿਹੜਾ ਸਫਾਈ ਹੈ ਨਹੀਂ, ਤੇ ਇੱਕ ਇੱਥੇ ਕੱਚਾ ਚਾਹੀਦਾ ਕਿੱਦਾਂ ਨਿਆਣੇ ਖੇਲਦੇ ਆ, ਪਰ ਇਹਨਾਂ ਨੇ ਪੱਕਾ ਕੀਤਾ। ਚੱਲ ਫਿਰ ਵੀ ਵਧੀਆ ਬਣ ਗਿਆ ਉਦਾਂ ਜਗ੍ਹਾ ਜਿਹੜੀ ਫਾਲਤੂ ਸੀਗੀ। ਤੇ ਆਹ ਹੈਗੀ ਆ ਗੁੱਡੇ ਅੰਕਲ ਦੀ ਦੁਕਾਨ, ਜਿਹੜੀ ਵੀ ਸਾਡੇ ਪਿੰਡ ਦੀ ਇੱਕ ਇਕਲੌਤੀ ਦੁਕਾਨ ਜਿਹੜੀ ਸਭ ਤੋਂ ਪਹਿਲਾਂ ਬਣੀ ਹੋ। ਆਹ ਗੁੱਡੇ ਅੰਕਲ ਦਾ ਮੁੰਡਾ, ਆਹ ਘਰ ਦੇ ਵਿੱਚ ਫੈਕਟਰੀ ਲਾਈ ਆ, ਜਿਹੜੇ ਬਾਹਰ ਨੂੰ ਨਿਆਣੇ ਡਰੈੱਸਾਂ ਬਣ ਕੇ ਜਾਂਦੀਆਂ ਵਾ, ਤੇ ਬਹੁਤ ਪਿੰਡ ਦੇ ਬੰਦਿਆਂ ਨੂੰ ਰੋਜ਼ਗਾਰ ਮਿਲਿਆ, ਤੇ ਆਲੇ ਦੁਆਲੇ ਪਿੰਡਾਂ ਦੇ ਬੰਦਿਆਂ ਨੂੰ ਵੀ ਰੋਜ਼ਗਾਰ ਮਿਲਿਆ। ਤੁਸੀਂ ਦੇਖ ਸਕਦੇ ਕਿੱਡੀ ਵੱਡੀ ਆ। ਚਲੋ ਇੱਕ ਚੀਜ਼ ਤਾਂ ਵਧੀਆ, ਰੋਜ਼ਗਾਰ ਮਿਲਣਾ ਚਾਹੀਦਾ ਹਰੇਕ ਨੂੰ, ਆਪਣੇ ਮਿਹਨਤ ਨਾਲ ਰੋਟੀ ਖਾਂਦੇ ਜਿਹੜੇ। ਆਹ ਕੰਮ ਤਾਂ ਨਾ ਬਹੁਤ ਖਰਾਬ ਕੀਤਾ ਸਰਕਾਰ ਵੱਲੋਂ, ਜੇ ਇਹ ਇੰਨਾ ਵਧੀਆ ਰੋਡ ਸੀ ਨਾ ਕੈਂਬਰੇਜ ਸਕੂਲ ਨੂੰ ਜਾਂਦਾ ਉੱਦਾਂ, ਇਹ ਪਹਿਲਾਂ ਇੱਥੇ ਸਿਰਫ ਸੜਕ ਸੀਗੀ ਵਧੀਆ ਅਤੇ ਫਾਟਕ ਸੀਗਾ, ਪਰ ਇਹਨਾਂ ਨੇ ਹੁਣ ਪੱਟ ਕੇ ਆਹ ਸੁਰੰਗ ਜੀ ਬਣਾ ਦਿੱਤੀ ਆ। ਜਦੋਂ ਮੀਂਹ ਵਾਂ ਪੈਂਦਾ ਹੈ ਨਾ, ਸਾਰਾ ਪਾਣੀ ਭਰ ਜਾਂਦਾ ਵਾ, ਅਤੇ ਲੋਕਾਂ ਨੂੰ ਲੰਘਣ ਲਈ ਇੰਨੀ ਜ਼ਿਆਦਾ ਦਿੱਕਤ। ਆਹ ਦੇਖੋ ਸਾਰੇ ਖੇਤਾਂ ਦਾ, ਤੁਸੀਂ ਦੇਖ ਸਕਦੇ ਕਿੰਨਾ ਬੁਰਾ ਹਾਲ ਕੀਤਾ ਗਿਆ। ਆਹ ਇੰਨਾ ਖਰਚਾ ਇੱਥੇ ਬਾਤ, ਅਗਲਾ ਬੰਦਾ ਇੱਥੇ ਲੱਗਾ ਸੀ ਜਿਹੜਾ ਰੋਜ਼ਗਾਰ ਮਿਲਿਆ ਸੀ, ਆਹ ਤਾਂ ਬਸ ਚੋਰਾਂ ਨੇ ਇਹਨਾਂ ਨੇ ਕੰਮ ਕਰਤਾ ਲੁੱਟਣ ਵਾਸਤੇ। ਆਹ ਚਿੱਕੜੇ ਚਿੱਕੜ ਆ, ਤੇ ਬਹੁਤ ਆ ਕੀ ਫਾਇਦਾ ਇਹਨਾਂ ਪੈਸਾ ਲਾਉਣ ਦਾ, ਇਹ ਬਹੁਤ ਕੰਮ ਖਰਾਬ ਕਰਤਾ ਇਹਨਾਂ ਨੇ। ਨਸ਼ੇ ਪੱਤੇ ਵਾਲੇ ਬੰਦੇ, ਹਾਂ ਨਸ਼ੇ ਪੱਤੇ ਵਾਲੇ ਬੰਦੇ ਬਹੁਤ ਆ ਸਕਦੇ ਇੱਥੇ, ਤੁਸੀਂ ਦੇਖ ਸਕਦੇ ਆ। ਹਾਂਜੀ, ਉਹ ਵੀ ਹੁਣ ਆ ਗਏ ਕੈਂਬਰੇਜ ਇੰਟਰਨੈਸ਼ਨਲ ਸਕੂਲ, ਆਹ ਤੁਸੀਂ ਦੇਖ ਸਕਦੇ ਬੱਸਾਂ ਜਾਂਦੀਆਂ। ਮੈਂ ਵੀ ਇੱਥੇ 4 ਸਾਲ ਲਾਏ ਆਪਣੀ ਜ਼ਿੰਦਗੀ ਦੇ, ਬਹੁਤ ਵਧੀਆ ਕਿ ਜਿਹੜਾ ਪਿੰਡ ਕ੍ਰੀਹੇ ਦੇ ਵਿੱਚ ਵੱਸਦਾ, ਤੇ ਪਿੰਡ ਦੇ ਲੋਕਾਂ ਨੂੰ ਵੀ ਬਹੁਤ ਰੋਜ਼ਗਾਰ ਮਿਲਿਆ ਇੱਥੇ, ਬਹੁਤ ਜਾਣੇ ਇੱਥੇ ਆ ਕੇ ਕੰਮ ਕਰਦੇ ਆ, ਤੇ ਸਾਡੇ ਪਿੰਡ ਦੀ ਧਰਤੀ 'ਤੇ ਬਣਿਆ ਹੈ ਕੈਂਬਰੇਜ ਇੰਟਰਨੈਸ਼ਨਲ ਸਕੂਲ। ਤੁਸੀਂ ਦੇਖ ਸਕਦੇ ਕਿੰਨੀ ਗੱਲਬਾਤ ਬਣਾਈ ਪਈ ਸਕੂਲ ਦੀ, ਅਤੇ ਅੰਦਰੋਂ ਵੀ ਸਕੂਲ ਬਹੁਤ ਜ਼ਿਆਦਾ ਵਧੀਆ ਵਾ। ਰੂਲਸ ਐਂਡ ਰੈਗੂਲੇਸ਼ਨ ਕਰਕੇ ਅਸੀਂ ਨਹੀਂ ਜਾ ਸਕਦੇ, ਪਰ ਤੁਸੀਂ ਦੇਖ ਸਕਦੇ ਆ ਕੈਂਬਰੇਜ ਇੰਟਰਨੈਸ਼ਨਲ ਸਕੂਲ ਕ੍ਰੀਹੇ ਦੇ ਵਿੱਚ ਜਿਹੜਾ ਬੈਸਟ ਦਾ ਕਾਰ ਦੇਖ ਸਕਦੇ ਆ ਤੁਸੀਂ, ਇਹ ਪੰਜਾਬੀਆਂ ਨੂੰ ਜ਼ਿਆਦਾ ਪਤਾ ਇਹਦੇ ਬਾਰੇ। ਹਾਂਜੀ ਪੋਟੂ ਅੰਕਲ ਜੀ, ਕਿੱਦਾਂ ਹਾਲ? ਠੀਕ। ਮੈਂ ਤੁਸੀਂ ਵੀ ਕੈਮਰੇ 'ਚ ਲੱਗੇ ਆ? ਆਹ ਦੇਖੋ ਜੀ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਆ ਭਾਈ, ਅਭੀ ਬਹੁਤ ਪੁਰਾਣੀ ਜਗ੍ਹਾ ਬਾਬਿਆਂ ਦੀ ਇੱਥੇ,
ਜਿੱਥੇ ਅਨਿਲ ਹੁਣਾਂ ਨੇ ਲੰਗਰ ਲਾਇਆ ਸੀਗਾ ਤੇ ਹੁਣ ਇੱਥੇ ਵੀ ਰੈਨੋਵੇਸ਼ਨ ਹੁੰਦੀ ਪਈ ਆ। ਬਹੁਤ ਸੋਹਣੀ ਜਗ੍ਹਾ ਬਣਦੀ ਪਈ ਆ, ਵਧੀਆ ਬਣਾਉਂਦੇ ਪਏ ਹੁਣ ਪੂਰੀ। ਬਾਕੀ ਤੁਸੀਂ ਦੇਖ ਸਕਦੇ ਆ ਇੱਥੇ ਪਿੰਡ ਦੀ ਟੈਂਕੀ ਵੀ ਰਹਿੰਦੀ ਆ ਤੇ ਝੋਨਾ ਲੱਗਾ ਪਿਆ ਜੱਟੋ। ਦੇਖੋ ਤਾਂ ਪਿੰਡ ਦੀ ਗੱਲਬਾਤ ਸ਼ਾਮ ਹੋ ਗਈ ਆ ਹੁਣ, ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਵਿਊ ਬਣ ਗਿਆ ਆਪਣੇ ਪਿੰਡ ਦਾ। ਆ ਪਿੰਡ ਦੀ ਬੱਚਾ ਪਾਰਟੀ ਗੈਂਗ ਅਜੇ ਵੀ ਛੋਟੇ ਛੋਟੇ ਆ। ਡੈਨੀ ਦੇ ਆ, ਡੈਨੀ ਦਾ ਮੁੰਡਾ, ਦੋਨੋਂ ਡੈਨੀ ਦੇ। ਤੂੰ ਕਿਹਦਾ ਮੁੰਡਾ, ਡੈਡੀ ਦਾ ਨਾਂ ਕੀ ਆ? ਡੈਨੀ। ਤੇਰਾ ਆ ਭੁੱਲੂਗਾ ਕਹੇ ਬੋਲਦਾ ਨੀ। ਤੇਰੇ ਡੈਡੀ ਦਾ ਨਾਂ ਕੀ ਆ? ਡੈਨੀ। ਆ ਡੈਨੀ ਦੇ ਮੁੰਡੇ ਆ ਅਜੇ ਵੀ ਛੋਟੇ ਛੋਟੇ, ਏਦੇ ਅਜੇ ਵੀ ਛੋਟੇ ਛੋਟੇ ਹੁੰਦੇ, ਏਦੇ ਕੱਚੇ ਵਾਗ ਹੁੰਦੇ। ਆ ਰੇ ਹੁਣ ਬੋਲਿਆ, ਕਿਹਦੇ ਲੜੇ ਸੀ? ਬਚ ਗਿਆ ਦੇ ਲੋ ਮੁੰਡੇ ਦੇ, ਇੰਨੀ ਬਾਬੇ ਦੀ ਕਿਰਪਾ, ਕਿਸਮਤ। ਬਾਏ ਕਰਦੇ, ਏਦਾਂ ਕਰਦੇ, ਤੁਮੀ ਕਰਦੇ, ਤੁਮੀ ਕਰਦੇ। ਲੋ ਨਜ਼ਾਰੇ ਆਈ ਜ਼ਿੰਦਗੀ ਆ, ਮੁੜ ਕੇ ਟੈਨਸ਼ਨ ਆਈ ਆ। ਲੋ ਵੀ ਕਰੋ ਦਰਸ਼ਨ ਰਵਿਦਾਸ ਗੁਰਦੁਆਰਾ ਮਹਾਰਾਜ ਦੀ, ਤੇ ਨਾਲੇ ਆ ਗਈ ਬੋੜਾ ਵਾਲੀ ਸਰਕਾਰ। ਇੱਥੇ ਵੀ ਮੇਲੇ ਬਹੁਤ ਭਾਰੀ ਲੱਗਦੇ, ਸਾਡਾ ਪਿੰਡ ਮੇਲੇ ਵਾਲੇ ਸਭ ਤੋਂ ਜ਼ਿਆਦਾ ਮਸ਼ਹੂਰ ਆ। ਖਾਣਕਾ ਦੀ ਜਗ੍ਹਾ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਹੁਣ ਆ ਗਏ ਆ ਕਾਲੇ ਬਾਬੇ ਦੀ ਦੁਕਾਨ ਤੇ। ਕਾਲੇ ਬਾਬੇ ਨੇ ਦੁਕਾਨ ਖੋਲੀ ਬਾਬਾ ਜਨਰਲ ਸਟੋਰ। ਇੱਥੇ ਸਭ ਕੁਛ ਮਿਲਦਾ, ਦੇਖੋ ਵੇਰਕਾ ਦਾ ਪ੍ਰੋਡਕਟ ਵੀ ਮਿਲਦੇ, ਲੱਸੀ ਵੀ ਮਿਲਦੀ, ਦੁੱਧ ਵੀ ਮਿਲਦਾ, ਤੇ ਕਾਲੇ ਬਾਬੇ ਜੀ ਦੇ ਭਰਾ ਬੈਠੇ ਆ। ਅੰਕਲ ਜੀ ਕਿੱਦਾਂ? ਵਧੀਆ, ਹੋਰ ਵੀ ਵਧੀਆ ਚੱਲੀ ਜਾਂਦੀ ਦੁਕਾਨ? ਚਲੋ ਵਧੀਆ, ਬਾਕੀ ਦੁਕਾਨ ਵੀ ਵਧੀਆ ਬਣਾਈ ਆ ਕਾਲੇ ਬਾਬੇ ਨੇ। ਆ ਦੇਖੋ ਸਾਰਾ ਸਮਾਨ ਇੱਥੇ ਮਿਲਦਾ, ਅਸੀਂ ਵੀ ਇੱਥੋਂ ਲੈ ਕੇ ਜਾਈਦਾ। ਅਨਿਲ ਕੀ ਆ, ਆ ਇਹਨਾਂ ਦਾ ਡੇਲੀ ਆਉਣ ਵਾਲਾ ਗਾਹਕ ਆ। ਕਿੱਦਾਂ? ਦੁੱਧ ਲੈ ਕੇ ਜਾਈਦਾ। ਮੈਂ ਤਾਂ ਸਪੈਸ਼ਲ ਆਰਡਰ ਜੇ ਕੋਈ ਗਾਹਕ ਕਰਦਾ ਤਾਂ ਲੈ ਆਂਦੇ ਆ। ਸ਼ਾਮ ਨੂੰ ਇੱਕ ਬੱਕੀ ਅੱਜ ਮੇਰੀ ਮੌਨਸਟਰ ਲੈ ਆਇਓ। ਮੌਨਸਟਰ ਦੇਖੋ ਅਨਿਲ ਨੇ ਆਰਡਰ ਕੀਤਾ, ਨਾਲੇ ਆ ਗਈ ਦੋ ਆਣਾ ਅੰਕਲ ਦਾ ਸ਼ਾਮ ਕਲਾਸ ਆਉਂਦਾ। ਆ ਦੇਖੋ ਜੀ ਸ਼ਿਕਾਰੀ ਬਾਂਦਰ ਵੀ ਬੈਠੇ ਆ, ਬੰਦਿਆਂ ਨਾਲ ਤਾਂ ਜਾਨਵਰ ਹੀ ਵਧੀਆ। ਆ ਦੇਖੋ ਨਾ ਕਿੱਥੋਂ ਲਿਆਂਦਾ ਅੰਕਲ ਇਹ? ਲੁਧਿਆਣੇ ਤੋਂ। ਦੇਖੋ ਨਾ ਬਈ, ਬਸ ਇੱਕ ਬੋਲ ਨੀ ਸਕਦੇ, ਬਾਕੀ ਤਾਂ ਗੱਲਬਾਤ ਸਾਰੀ ਬੰਦਿਆਂ ਨਾਲ ਦੀ ਆ। ਅੰਕਲ ਨਾਮ ਕੀ ਇਹਦਾ? ਉਹ ਝੂਟੀ ਨਾ ਮਾਰ ਲਵੇ। ਅੰਕਲ ਨਾਮ ਕੀ ਇਹਦਾ? ਰਾਜੂ। ਰਾਜੂ ਕਿੱਦਾਂ? ਸਾਡੇ ਪਿੰਡ ਚ ਬਹੁਤ ਕੁਛ ਆ ਦੇਖਣ ਨੂੰ। ਆ ਦੇਖ ਲੋ ਤੁਸੀਂ ਕਿੱਦਾਂ ਬੈਠਾ ਵਾ ਮਿਸਟਰ ਰਾਜੂ। ਮੈਂ ਤਾਂ ਅੰਕਲ ਆਪਣਾ ਕਰਦਾ ਅਜੇ ਹਨਾ। ਦੇਖੋ ਯਾਰ ਤੁਸੀਂ ਜੋ ਸਿਕਿਉਰਿਟੀ ਗਾਰਡ ਦਾ ਵੀ ਕੰਮ ਕਰਦਾ ਵਾ, ਆ ਜਿਹੜੀ ਮੁਰਗੀਆਂ ਬੰਦੇ ਨੇ ਪਾਲੀਆਂ ਇਹਨਾਂ ਦੀ ਰੱਖਿਆ ਕਰਦਾ। ਲੈ ਤਾਂ ਬੰਦਾ ਕੋਈ ਖਿਸਕਾ ਨੀ ਦਿੰਦਾ ਅੰਕਲ, ਕੋਈ ਡਰਦਾ ਲੈ ਤਾਂ। ਰਾਜੂ ਓਏ ਰਾਜੂ, ਰਾਜੂ ਰਾਜੂ ਓਏ ਦੰਦ ਕੱਢਦਾ। ਜਿਹੜੇ ਵੀਰ ਕੁੱਤਿਆਂ ਦੇ ਸ਼ੌਂਕੀ ਆ, ਦੇਖੋ ਪੇਂਟਰ ਬਰੀਡ ਦੀ ਕੁੱਤੇ ਆ ਇੱਥੇ ਰੱਖੇ, ਸੋਹਣਾ ਓਦਾਂ। ਬੱਤਕਾਂ ਵੀ ਆ ਦੇਖੋ ਤਾਂ, ਕਿੰਨੀਆਂ ਬੱਤਕਾਂ ਵੀ ਰੱਖੀਆਂ, ਕਿੱਥੇ ਗਈਆਂ? ਲੈ ਤਾਂ ਕੁੱਕੜੀਆਂ ਬੱਤਕਾਂ, ਉਹ ਦੇਖੋ ਬੱਤਕਾਂ। ਅਨਿਲ ਦੇਖੀ ਕਿਤੇ ਤੈਨੂੰ ਨਾ ਲੈ ਬੈਠਣ। ਗੱਲਬਾਤ ਪੂਰੀ ਆ। ਆ ਬੱਕਰੀਆਂ ਵੀ ਰੱਖੀਆਂ ਵਾ ਪਿੰਡ ਚ, ਫਾਰਮੇ ਖੋਲਿਆ ਪਿਆ ਸਾਡੇ ਤਾਂ, ਆ ਪਹਿਲੀ ਵਾਰ ਦੇਖਿਆ। ਆਹੋ ਲੋ ਵੀ ਆ ਗਏ ਹੁਣ ਪਿੰਡ ਵਾਲੀ ਗਰਾਊਂਡ ਚ, ਤੇ ਗਰਾਊਂਡ ਦੇ ਵਿੱਚ ਦੇਖੋ ਨਿਆਣੇ ਖੇਲਦੇ। ਆ ਹੁਣ ਬਣ ਗਿਆ ਆਪਣਾ ਵਾਲੀਬਾਲ ਦੀ ਕੋਰਟ, ਇੱਥੇ ਨਿਆਣੇ ਹੁਣ ਖੇਲਦੇ ਹੁੰਦੇ, ਵਿੱਚੇ ਫੁੱਟਬਾਲ, ਵਿੱਚੇ ਕ੍ਰਿਕਟ, ਵਿੱਚੇ ਜਿੰਮ ਵੀ ਆ। ਜਿੰਮ ਵੀ ਤੁਹਾਨੂੰ ਦਿਖਾਉਂਦੇ ਹਾਂ। ਉੱਦਾਂ ਹੁਣ ਸਾਡੇ ਪਿੰਡ ਦੀ ਸਭ ਤੋਂ ਵੱਡੀ ਗਰਾਊਂਡ ਆ ਨਾਲ ਦੇ ਪਿੰਡਾਂ 'ਚੋਂ, ਜਦੋਂ ਵੀ ਇੱਥੇ ਟੂਰਨਾਮੈਂਟ ਹੁੰਦਾ, ਇੱਥੇ ਹਰੇਕ 6 ਮਹੀਨੇ ਬਾਅਦ ਟੂਰਨਾਮੈਂਟ ਹੁੰਦਾ, ਬਾਹਰਲੇ ਲੋਕਾਂ ਦੀ ਜਿਹੜੀ
ਜਿਹੜੇ ਡੋਨੇਟ ਕਰਦੇ ਆ ਪੈਸੇ ਯੋਗਦਾਨ ਦੇ ਨਾਲ, ਉਹਦੇ ਨਾਲ ਇੱਥੇ ਟੂਰਨਾਮੈਂਟ ਹੁੰਦਾ ਕ੍ਰਿਕਟ ਮੈਚ ਦਾ, ਤੇ ਨਾਲ ਦੇ ਪਿੰਡ ਤੋਂ ਵੀ ਨਿਆਣੇ ਇੱਥੇ ਖੇਲਣ ਆਉਂਦੇ, ਵਿੱਚ ਕਬੱਡੀ ਦਾ ਵੀ ਇੱਥੇ ਟੂਰਨਾਮੈਂਟ ਹੁੰਦੇ ਆ, ਤੇ ਕਬੱਡੀ ਵਾਲੇ ਵੀ ਰੋਜ਼ ਸ਼ਾਮ ਨੂੰ ਇੱਥੇ ਮਿਹਨਤ ਲਾਉਂਦੇ ਆ, ਤੇ ਦੇਖੋ ਤੁਸੀਂ ਕਿੰਨੀ ਸੋਹਣੀ ਆ, ਤੇ ਨਿਆਣੇ ਵੀ ਤੁਹਾਨੂੰ ਦਿਖਾਉਂਦੇ ਆ, ਗੱਲਾਂ ਬਾਤਾਂ ਕਰਦੇ ਆ ਉਹਨਾਂ ਨਾਲ ਖੇਲਦੇ ਆ ਨਾ। ਆਹ ਦੇਖੋ ਹਰੀ ਦਾ ਨਹੀਂ ਪਿੱਛੇ ਹਟਦਾ, ਲੈ ਤਾਂ ਕ੍ਰਿਕਟ ਦੀਆਂ ਚੱਕੀਆਂ ਵਾ, ਕਿੱਦਾਂ ਠੀਕੋ ਬੋਲਦਾ ਇਹਦਾ, ਇਹਦਾ ਇੰਨਾ ਹੀ ਬਣਾਉਣਾ ਤੈਨੂੰ ਮੈਂ। ਆ ਨਿਆਣੇ ਖੇਲਦੇ ਫੁੱਟਬਾਲ ਛੋਟੇ ਛੋਟੇ। ਆ ਗਈ ਜਿਮ, ਪਹਿਲਾਂ ਵਲੋਗ ਦਾ ਬਣਾ ਲਈਏ ਵੇਖ ਲਾਂਗੇ। ਆ ਲੈ ਤਾਂ ਛੋਟੇ ਛੋਟੇ ਲੱਗੇ, ਆ ਲੈ ਤਾਂ ਮੂਸੇ ਵਾਲੇ ਦਾ ਫੈਨ, ਫੈਨ ਆ ਮੂਸੇ ਵਾਲੇ ਦਾ, ਸਾਡੇ ਪਿੰਡ 'ਚ ਵੀ ਮੂਸੇ ਵਾਲਾ ਚੱਲਦਾ। ਆ ਜਿਮ ਆ ਗਈ ਆ ਜੀ ਆਇਆਂ ਨੂੰ, ਤੇ ਆ ਸਾਡੇ ਪਿੰਡ ਦਾ ਸਟੇਡੀਅਮ, ਸ਼ਹੀਦ ਸਰਵਨ ਸਿੰਘ ਖੇਡ ਸਟੇਡੀਅਮ ਪਿੰਡ ਕਰੀਹਾ। ਨਿਆਣੇ ਦੇਖੋ ਤੁਸੀਂ ਖੇਲਦੇ, ਤੇ ਆ ਗਏ ਜਿਮ ਦੇ ਵਿੱਚ ਅਸੀਂ। ਲਓ ਵੀ ਪਿੰਡ ਦੀ ਜਿਮ ਚੈੱਕ ਕਰੋ, ਪਹਿਲਾਂ ਤਾਂ ਜਿਮ 'ਚ ਕੁਛ ਵੀ ਨਹੀਂ ਸੀਗਾ, ਫਿਰ ਬਾਹਰਲਿਆਂ ਨੇ ਯੋਗਦਾਨ ਕੀਤਾ, ਤੇ ਜਿਮ ਹੁਣ ਵਧੀਆ ਬਣ ਗਈ। ਦੇਖੋ ਮੁੰਡੇ ਲਾਉਂਦੇ ਮਿਹਨਤਾਂ, ਤੇ ਕਹਿੰਦਾ ਨਾ ਆ ਦੇਖੋ ਮੁੰਡੇ ਲਾਉਂਦੇ ਜਿਮ 'ਚ ਪੂਰੀ ਮਿਹਨਤ ਆ, ਹੁਣ ਜਿਮ ਬਹੁਤ ਵਧੀਆ ਬਣ ਗਈ, ਪਰ ਹਜੇ ਵੀ ਇਹ 'ਚ ਸੁਧਾਰ ਕਰਨ ਨੂੰ ਹੈਗਾ। ਜੇ ਥੋੜ੍ਹੀ ਵੱਡੀ ਹੋ ਜਾਵੇ ਤਾਂ ਵਧੀਆ ਵਾ, ਅਤੇ ਮਸ਼ੀਨਾਂ ਦੀ ਰਿਪੇਅਰ ਹੋ ਜਾਵੇ। ਆ ਮੁੰਡਿਆਂ ਨੂੰ ਪੁੱਛਦੇ ਭਾਅ ਜੀ ਕੋਈ ਚਾਹੀਦਾ ਜਿਮ ਲਈ ਹੋਰ ਕੁਛ? ਭਾਈ ਸਮਾਨ ਤਾਂ ਬਹੁਤ ਚਾਹੀਦਾ ਯਾਰ, ਜੇ ਕੋਈ ਆ ਕੇ ਦੇਖੇ। ਕਿੱਦਾਂ ਮਤਲਬ ਕੀ ਕੀ ਚਾਹੀਦਾ? ਬਹੁਤ ਲੋੜ ਵਾਸਤੇ, ਅਤੇ ਥੋੜ੍ਹੀ ਇੱਦਾਂ ਵੱਡੀ ਵੀ ਹੋਣੀ ਚਾਹੀਦੀ ਨਾ, ਥੋੜ੍ਹੀ ਹੋਣੀ ਚਾਹੀਦੀ ਜਿਮ ਥੋੜ੍ਹੀ, ਅਤੇ ਸਮਾਨ ਥੋੜ੍ਹਾ ਘੱਟ ਵੈਸੇ, ਕਮਰਾ ਵੀ ਥੋੜ੍ਹਾ ਛੋਟਾ ਆ, ਬਾਕੀ ਦੇਖੋ ਤਾਂ ਮੈਂ ਪੰਪ ਕਰੀ, ਪੰਪ ਕਰੀ ਡੋਲਾ। ਆਹ ਦੇਖੋ ਤਾਂ ਨਿਆਣੇ ਵੀ ਆਉਂਦੇ ਆ, ਟੀਟੂ ਦਾ ਮੁੰਡਾ ਡਾਕਟਰ ਦਾ, ਕਿੱਦਾਂ ਪ੍ਰਣਾਮ ਸ਼ਹੀਦਾਂ ਨੂੰ। ਆ ਸਾਡੇ ਪਿੰਡ ਦੇ ਫੌਜੀ ਜਿਹਨਾਂ ਦੇ ਨਾਂ ਤੇ ਇਹ ਪਿੰਡ ਦੀ ਗਰਾਊਂਡ ਬਣੀ ਹੋਈ ਆ, ਇਹ ਇਹਨਾਂ ਦੀ ਜਨਮ ਸਥਿਤੀ ਕੀ ਆ? ਜਨਮ ਪਿੰਡ ਕਰੀਹਾ, ਸਾਲ 1939, ਤੇ ਸ਼ਹਾਦਤ ਭਾਰਤ ਚੀਨ ਯੁੱਗ, ਇਹ ਚੀਨ ਦੇ ਵਿੱਚ ਇਹ ਸ਼ਹੀਦ ਹੋਏ ਸੀ 1962 ਦੇ ਵਿੱਚ ਚੀਨ ਦੇ ਯੁੱਧ 'ਚ। ਆਹੋ ਭਾਰਤ, ਤੈਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ ਆ। ਹਾਂਜੀ ਭਾਅ ਜੀ, ਆਹ ਸੋਨੀ ਅੰਕਲ ਦਾ ਮੁੰਡਾ, ਕਿੱਦਾਂ ਨਹੀਂ ਉਹਨਾਂ ਦੇ ਘਰ ਦੇ ਬਾਹਰ ਬੋਡੀਗਾਰਡ ਅਨਿਲ ਦੀ ਰੱਖਿਆ ਕਰਦੇ ਆ, ਸਿਕਿਉਰਟੀ ਗਾਰਡ ਤਾਂ ਤੇਰੇ ਹੱਥੇ ਘੁੰਮਦੇ ਆ, ਤੇਰੇ ਘਰ ਦੀ ਰਾਖੀ ਕੀ ਕਰਨੀ ਆ, ਭੇਜ ਘਰ ਨੂੰ ਇਹਨਾਂ ਨੂੰ। ਉਹ ਵੀ ਕਰੋ ਦਰਸ਼ਨ ਹੈਦਰ ਅਲੀ ਦਰਬਾਰ, ਸਾਡੇ ਪਿੰਡ ਦਾ ਸਭ ਤੋਂ ਮਸ਼ਹੂਰ ਮੇਲਾ ਇੱਥੇ ਜਗ੍ਹਾ 'ਤੇ ਹੁੰਦਾ, ਨਵੇਂ ਨਵੇਂ ਜਿੰਨੇ ਵੀ ਸਿੰਗਰ ਪੁਰਾਣੇ ਸਾਰੇ ਸਿੰਗਰ ਇੱਥੇ ਇੱਕ ਵਾਰੀ ਹਾਜ਼ਰੀ ਜ਼ਰੂਰ ਲਾ ਕੇ ਜਾਂਦੇ ਆ, ਅਤੇ ਬਹੁਤ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਮੇਲਾ ਦੇਖਣ ਆਉਂਦੀਆਂ। ਤੁਹਾਨੂੰ ਅੰਦਰੋਂ ਦਿਖਾਉਂਦੇ ਜਗ੍ਹਾ, ਡੱਬਿਆਂ ਦੀ ਕੋਠੀ 'ਚ ਫਿਲਮ ਦੀ ਸ਼ੂਟਿੰਗ ਵੀ ਹੋਈ ਸੀਗੀ ਇੱਕ ਸਾਡੇ ਪਿੰਡ ਆ ਕੋਠੀ ਦੇ ਵਿੱਚ, ਫਿਲਮ ਦਾ ਨਾਂ ਨਹੀਂ ਚੇਤਾ, ਬਹੁਤ ਪੁਰਾਣੀ ਹੋ ਗਈ। ਆ ਜਿਹੜਾ ਕਰੀਹੇ ਤੋਂ ਮਲਪੁਰ ਨੂੰ ਰਸਤਾ ਜਾਂਦਾ ਇੱਥੇ ਦੇਖੋ ਫਾਟਕ ਵੀ ਲਾ ਦਿੱਤੇ ਆ, ਹੁਣੇ ਕੱਲ ਪਰਸੋਂ ਹੋਏ ਲਾਏ ਨੂੰ, ਪਿੰਡ 'ਚ ਤਰੱਕੀ ਹੋਈ ਜਾਂਦੀ ਆ। ਆ ਰਿਟਾਇਰ ਫੌਜੀ ਰੱਖੇ ਇੱਥੇ,